ਸਮੁੰਦਰ ਦੇ ਵਿੱਚ ਦੋ ਸ਼ੱਕੀ ਕਿਸ਼ਤੀਆਂ ਦੇਖੇ ਜਾਣ ਦੇ ਬਾਅਦ ਮਲਟੀ ਏਜੰਸੀ ਸੈਂਟਰ ਨੇ ਗੁਜਰਾਤ ਸਣੇ ਸਾਰੇ ਸਰਹੱਦੀ ਸੂਬਿਆਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਮਲਟੀ ਏਜੰਸੀ ਸੈਂਟਰ ਦੇ ਅਲਰਟ ਦੇ ਮੁਤਾਬਕ ਪਾਕਿਸਤਾਨ ਦੇ ਕਰਾਚੀ ਤੋਂ ਨਿਕਲੀਆਂ ਦੋ ਸ਼ੱਕੀ ਬੋਟ ਗੁਜਰਾਤ ਜਾਂ ਮਹਾਰਾਸ਼ਟਰ ਦੇ ਵੱਲ ਵਧ ਰਹੀਆਂ ਨੇ। ਸੂਤਰਾਂ ਦੇ ਮੁਤਾਬਕ ਜਾਮਨਗਰ ਦੇ ਨੇੜੇ ਸਮੁੰਦਰ ਤੋਂ ਪਰਤੇ ਮਛਿਆਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮਲਟੀ ਏਜੰਸੀ ਸੈਂਟਰ ਨੇ ਦੋਨਾਂ ਬੋਟ ਦੀ ਲੰਬਾਈ ਚੌੜਾਈ ਦੀ ਵੀ ਸੂਚਨਾ ਜਾਰੀ ਕੀਤੀ ਹੈ। ਪੰਜਾਬ ਦੇ ਪਠਾਨਕੋਟ ਵਿੱਚ BSF ਨੂੰ ਸ਼ੱਕੀ ਕਬੂਤਰ ਮਿਲਿਆ। ਕਬੂਤਰ ਪਾਕਿਸਤਾਨ ਤੋਂ ਆਇਆ, ਇਸ ਦੇ ਕੋਲ ਉਰਦੂ ਦੇ ਵਿੱਚ ਲਿਖੀ ਚਿੱਠੀ ਮਿਲੀ ਹੈ। ਇਸ ਤੋਂ ਇਲਾਵਾ ਕੱਲ ਪੰਜਾਬ ਦੇ ਕਈ ਪਿੰਡਾਂ ਵਿੱਚ ਗੁਬਾਰੇ ਮਿਲੇ ਸਨ। ਗੁਬਾਰਿਆਂ ਉੱਤੇ ਉਰਦੂ ਦੇ ਵਿੱਚ ਲਿਖੇ ਹੋਏ ਪਰਚੇ ਚਿਪਕੇ ਹੋਏ ਸਨ। ਕਬੂਤਰ ਦੇ ਕੋਲੋਂ ਮਿਲੀ ਉਰਦੂ 'ਚ ਲਿਖੀ ਚਿੱਠੀ 'ਚ PM ਮੋਦੀ ਨੂੰ ਸੰਬੋਧਿਤ ਕੀਤਾ ਗਿਆ ਕਿ ਮੋਦੀ ਜੀ, ਸਾਨੂੰ 1971 ਦੇ ਸਮੇਂ ਦਾ ਨਾ ਸਮਝੋ, ਹੁਣ ਹਰ ਬੱਚਾ ਭਾਰਤ ਦੇ ਖਿਲਾਫ ਲੜਨ ਨੂੰ ਤਿਆਰ ਹੈ। ਕੱਲ ਗੁਬਾਰਿਆਂ ਉੱਤੇ ਮਿਲੇ ਪਰਚਿਆਂ ਵਿੱਚ ਲਿਖਿਆ ਗਿਆ ਸੀ ਕਿ ਮੋਦੀ ਜੀ, ਅਯੂਬੀ ਦੀ ਤਲਵਾਰਾਂ ਸਾਡੇ ਕੋਲ ਵੀ ਨੇ, ਬਦਲਾ ਲਵਾਂਗੇ। ਬਿਊਰੋ ਰਿਪੋਰਟ, ਜ਼ੀ ਮੀਡੀਆ।